ਨਵੀਂ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਹੈ। ਅੱਜ ਆਪਾਂ ਤੁਹਾਡੇ ਲਈ ਕਮਰ ਦਰਦ, ਢੂਹੀ ਦੇ ਦਰਦ ਵਾਸਤੇ ਬਹੁਤ ਹੀ ਵਧੀਆ ਨੁਸਖਾ ਤੁਹਾਡੇ ਨਾਲ ਸਾਂਝਾ ਕਰਦੇ ਹਾਂ। ਕਾਪੀ ਪੈਨ ਲਓ, ਜਿਹੜੀਆਂ ਜਿਹੜੀਆਂ ਚੀਜ਼ਾਂ ਤੁਹਾਨੂੰ ਆਪਾਂ ਦੱਸਣ ਜਾ ਰਹੇ ਹਾਂ ਉਹ ਲਿਖ ਲਓ। ਘਰ ਦੇ ਵਿੱਚ ਹੀ ਢੂਹੀ ਦੇ ਦਰਦ ਦਾ, ਲੱਕ ਦੇ ਦਰਦ ਦਾ ਆਪਾਂ ਪੱਕਾ ਇਲਾਜ ਕਰ ਸਕਦੇ ਹਾਂ। ਕਿੰਨਾ ਵੀ ਪੁਰਾਣਾ ਹੋਵੇ, ਕਿੰਨੇ ਚਿਰ ਤੋਂ ਹੋਵੇ, ਠੀਕ ਨਹੀਂ ਹੋ ਰਿਹਾ, ਦਵਾਈਆਂ ਲੈ ਕੇ ਤੁਸੀਂ ਥੱਕ ਗਏ ਹੋ, ਤੁਹਾਡਾ ਲੱਕ ਦਾ ਦਰਦ ਜਾਂ ਕਮਰ ਦਾ ਦਰਦ ਠੀਕ ਨਹੀਂ ਹੁੰਦਾ, ਤੁਹਾਨੂੰ ਕੰਮ ਕਰਦਿਆਂ ਵੇਲੇ ਪਰੇਸ਼ਾਨੀ ਆਉਂਦੀ ਆ, ਚੱਲਣ ਵੇਲੇ ਕੋਈ ਪਰੇਸ਼ਾਨੀ ਆਉਂਦੀ ਆ, ਉੱਠ ਕੇ ਬੈਠਣ ਵੇਲੇ ਕੋਈ ਪਰੇਸ਼ਾਨੀ ਆਉਂਦੀ ਆ, ਬਿਲਕੁਲ ਚਿੰਤਾ ਨਹੀਂ ਕਰਨੀ ਜੀ। ਤੁਹਾਡੇ ਨਾਲ ਜਿਹੜਾ ਅੱਜ ਆਪਾਂ ਨੁਸਖਾ ਸਾਂਝਾ ਕਰਾਂਗੇ ਉਹਦੇ ਨਾਲ ਤੁਹਾਡਾ ਲੱਕ ਦਾ ਅਤੇ ਢੂਹੀ ਦਾ ਦਰਦ ਜੜ੍ਹ ਤੋਂ ਖਤਮ ਹੋ ਜਾਊ। ਲਓ ਜੀ, ਕਾਪੀ ਅਤੇ ਪੈੱਨ ਚੱਕੋ। ਇਹ ਜਿਹੜਾ ਆਪਾਂ ਨੁਸਖਾ ਤੁਹਾਨੂੰ ਦੇ ਰਹੇ ਹਾਂ ਇਹ ਲਿਖਣਾ ਸ਼ੁਰੂ ਕਰ ਦਿਓ। ਜਿਹੜੀ ਜਿਹੜੀ ਮਾਤਰਾ ਦੇ ਵਿੱਚ ਜਿੰਨਾ ਜਿੰਨਾ ਤੁਹਾਨੂੰ ਦੱਸਾਂਗੇ ਉਨਾ ਉਨਾ ਤੁਸੀਂ ਸਾਰਾ ਸਮਾਨ ਪੰਸਾਰੀ ਦੀ ਦੁਕਾਨ ਤੋਂ ਵਧੀਆ ਲੈ ਲਿਓ। ਠੀਕ ਹੈ ਜੀ। ਪਹਿਲਾਂ ਆਪਾਂ ਨੇ ਲੈਣਾ ਜੀ ਸੁੰਡ, ਸੁੰਡ ਕਿੰਨਾ ਲੈਣਾ 10 ਗ੍ਰਾਮ। ਫਿਰ ਆਪਾਂ ਨੇ ਪਿੱਪਲ ਲਾਖ ਲੈਣਾ ਜੀ, ਪਿੱਪਲ ਲਾਖ 25 ਗ੍ਰਾਮ, ਸਫੇਦ ਮੁਸਲੀ 25 ਗ੍ਰਾਮ, ਸਾਲਮ ਪੰਜਾ 20 ਗ੍ਰਾਮ, ਸਤਾਵਰ ਆਪਾਂ ਨੇ ਲੈਣਾ 25 ਗ੍ਰਾਮ, ਅਸ਼ਵਗੰਧਾ 25 ਗ੍ਰਾਮ। ਫਿਰ ਆਪਾਂ ਉਦੋਂ ਬਾਅਦ ਲੈਣਾ ਜੀ ਛੋਟਾ ਭੱਖੜਾ ਹੁੰਦਾ, ਜਿਹੜਾ ਭੱਖੜਾ ਆਪਾਂ ਸਭ ਨੇ ਦੇਖਿਆ ਹੋਣਾ, ਇੱਕ ਤਾਂ ਵੱਡਾ ਭੱਖੜਾ ਹੁੰਦਾ, ਇੱਕ ਛੋਟਾ ਹੁੰਦਾ। ਇਹਦੇ ਵਿੱਚ ਆਪਾਂ ਛੋਟੇ ਭੱਖੜੇ ਦੀ ਮਾਤਰਾ 20 ਗ੍ਰਾਮ ਲੈਣੀ ਹੈ ਜੀ, 20 ਗ੍ਰਾਮ ਛੋਟਾ ਭੱਖੜਾ। ਫੁੱਲ ਸੁਪਾਰੀ 25 ਗ੍ਰਾਮ, ਅੰਬ ਹਲਦੀ ਇਹ 20 ਗ੍ਰਾਮ, ਬਿਲ ਗੁੱਦ 25 ਗ੍ਰਾਮ। ਹੁਣ ਸਾਰੀਆਂ ਚੀਜ਼ਾਂ ਤੁਸੀਂ ਨੋਟ ਕਰ ਲਈਆਂ ਜੀ, ਜਿੰਨੀ ਜਿੰਨੀ ਮਾਤਰਾ ਦੇ ਵਿੱਚ ਆਪਾਂ ਚੀਜ਼ਾਂ ਦੱਸੀਆਂ ਨੇ ਓਨੀ ਹੀ ਮਾਤਰਾ ਦੇ ਵਿੱਚ ਵਧੀਆ ਸਮਾਨ ਪੰਸਾਰੀ ਦਿਓ ਲੈਣਾ ਤੁਸੀਂ ਨੇ। ਠੀਕ ਹੈ, ਕਿਸੇ ਵੀ ਪੰਸਾਰੀ ਕੋਲ ਜਾ ਕੇ ਉਹਨੂੰ ਕਹਿ ਦੇ ਵੀ ਵਧੀਆ ਸਮਾਨ ਦੇ ਦੇ, ਓਰਿਜਨਲ ਜਿਹੜਾ ਹੁੰਦਾ ਉਹ ਲਿਓ, ਅਤੇ ਇਹ ਸਾਰੀਆਂ ਚੀਜ਼ਾਂ ਨੂੰ ਤੁਸੀਂ ਆਪਣੇ ਹੱਥਾਂ ਦੇ ਨਾਲ ਰਗੜ ਲਿਓ। ਜਿਹੜੇ ਆਪਣੇ ਹੱਥਾਂ ਦੇ ਨਾਲ ਕੁੰਡੀ ਦੇ ਵਿੱਚ ਪਾ ਕੇ ਜਾਂ ਅਮਾਮ ਦਿਸਤੇ 'ਚ ਪਾ ਕੇ ਤੁਸੀਂ ਰਗੜ ਲਿਓ। ਇਹ ਜਦੋਂ ਬਿਲਕੁਲ ਇਹਦਾ ਪਾਊਡਰ ਤਿਆਰ ਹੋ ਗਿਆ ਜੀ, ਬਰੀਕ ਪਾਊਡਰ, ਇਹਨੂੰ ਛਾਣ ਲਿਓ ਕਿਸੇ ਛਾਨਣੀ ਦੇ ਨਾਲ, ਬਿਲਕੁਲ ਛਾਣ ਕੇ ਬਰੀਕ ਹੋ ਗਿਆ। ਜਦੋਂ ਬਰੀਕ ਹੋਣ ਤੋਂ ਬਾਅਦ ਇਹਨੂੰ ਕਿਸੇ ਡੱਬੀ 'ਚ, ਕੱਚ ਦੀ ਡੱਬੀ 'ਚ ਰੱਖਿਓ, ਸਾਂਭ ਕੇ ਕੱਚ ਦੀ ਡੱਬੀ 'ਚ ਪਾਓ। ਅਤੇ ਜਿਨ੍ਹਾਂ ਨੂੰ ਲੱਕ ਦਾ ਦਰਦ ਜਾਂ ਫਿਰ ਢੂਹੀ ਦਾ ਦਰਦ ਵਾਰ ਵਾਰ ਸਤਾਉਂਦਾ ਗਾ, ਤਾਂ ਉਹਦੇ ਵਾਸਤੇ ਇਹ ਬਹੁਤ ਹੀ ਰਾਮਬਾਣ ਨੁਸਖਾ ਜੀ। ਲੈਣ ਦਾ ਜਿਹੜਾ ਤਰੀਕਾ ਜੀ, ਆਪਾਂ ਸੁਬਹਾ ਅਤੇ ਸ਼ਾਮ, ਸਵੇਰੇ ਸ਼ਾਮ ਅੱਧਾ ਅੱਧਾ ਚਮਚਾ ਦੁੱਧ ਦੇ ਨਾਲ ਇਹਦਾ ਆਪਾਂ ਨੇ ਸੇਵਨ ਕਰਨਾ। ਦੁੱਧ ਦੇ ਨਾਲ ਖਾਣਾ ਖਾਣ ਤੋਂ ਬਾਅਦ ਅੱਧੇ ਘੰਟੇ ਬਾਅਦ ਆਪਾਂ ਇਹਨੂੰ ਦਵਾਈ ਨੂੰ ਲੈ ਸਕਦੇ ਹਾਂ ਜੀ। ਸਵੇਰੇ ਸ਼ਾਮ ਅੱਧਾ ਅੱਧਾ ਚਮਚ, ਖਾਣਾ ਖਾਣ ਤੋਂ ਬਾਅਦ ਅੱਧੇ ਘੰਟੇ ਬਾਅਦ ਇਹ ਦਵਾਈ ਦਾ ਸੇਵਨ ਕਰੋ। 15 ਦਿਨ ਤੁਸੀਂ ਇਹ ਦਵਾਈ ਨੂੰ ਵਰਤੋ, 15 ਦਿਨਾਂ ਤੋਂ ਬਾਅਦ ਤੁਹਾਨੂੰ ਬਹੁਤ ਵਧੀਆ ਰਿਜ਼ਲਟ ਮਿਲੂ। ਤੁਹਾਡੀ ਕਮਰ ਦਰਦ, ਤੁਹਾਡੀ ਢੂਹੀ ਦੇ ਵਿੱਚ ਜਿਹੜਾ ਦਰਦ ਹੈ ਉਹ ਦਰਦ ਸਦਾ ਦੇ ਲਈ ਸ਼ੂ ਮੰਤਰ ਹੋ ਜਾਣਾ, ਉਹ ਤੋਂ ਤੁਹਾਨੂੰ ਰਾਹਤ ਮਿਲ ਜਾਣੀ ਹੈ ਜੀ। ਫਿਰ ਇਹ ਦਵਾਈ ਦਾ ਸੇਵਨ ਛੱਡਿਓ ਨਾ, ਲਗਾਤਾਰ ਜਿੰਨੀ ਦਵਾਈ ਬਣਾਈ ਆ ਉਹਦਾ ਸੇਵਨ ਪੂਰਾ ਕਰਿਓ। ਜੇ ਕਈ ਵਾਰ ਤੁਹਾਨੂੰ ਲੱਗੇ ਵੀ ਹਾਂ ਹਜੇ ਮੈਂ ਬਿਲਕੁਲ ਪ੍ਰੋਪਰ ਠੀਕ ਨਹੀਂ, ਫਿਰ ਇੰਨਾ ਨੁਸਖਾ ਜਿਹੜਾ ਗਾ ਇਹ ਦੁਬਾਰੇ ਤਿਆਰ ਕਰ ਲਓ ਜੀ। ਬਸ ਇਸੇ ਨਾਲ ਹੀ ਤੁਹਾਡਾ ਕਮਰ ਦਾ ਦਰਦ, ਢੂਹੀ ਦਾ ਦਰਦ ਪੱਕਿਆਂ ਤੌਰ 'ਤੇ ਠੀਕ ਹੋ ਜਾਣਾ। ਤੁਹਾਨੂੰ ਕਿਸੇ ਡਾਕਟਰ ਕੋਲ ਜਾਣ ਦੀ ਲੋੜ ਨਹੀਂ, ਘਰ ਦੇ ਵਿੱਚ ਇਹ ਨੁਸਖਾ ਆਪਣੇ ਹੱਥੀਂ ਤਿਆਰ ਕਰੋ ਜੀ। ਵਧੀਆ ਸਮਾਨ ਲੈ ਕੇ ਤਿਆਰ ਕਰਿਓ,
ਅਤੇ ਸਰਬੱਤ ਦੇ ਲਈ ਆਪਣਾ ਸਰਬੱਤ ਦੇ ਭਲੇ ਦੇ ਲਈ ਆਪਣਾ ਫਰਜ਼ ਸਮਝ ਕੇ ਵੀਡੀਓ ਨੂੰ ਵੱਧ ਤੋਂ ਵੱਧ ਅੱਗੇ ਜ਼ਰੂਰ ਸ਼ੇਅਰ ਕਰ ਦਿਓ। ਸੋ ਧੰਨਵਾਦ।